ਪੰਜਾਬ ਵਿੱਚ ਵਿਸ਼ਵ ਦਾ ਸਭ ਤੋਂ ਐਡਵਾਂਸ ਤੇ ਸੁਰੱਖਿਅਤ ਗੋਡੇ ਬਦਲਣ ਵਾਲਾ ਰੋਬੋਟ ਡਾਕਟਰ ਮੋਹਿਤ ਗੁਪਤਾ ਐਥਰੋਰੋਬਟਿਕ ਸੈਂਟਰ ਬਠਿੰਡੇ ਵਿਖੇ ਹੈ, ਜਿਨ੍ਹਾਂ ਵੱਲੋਂ ਬਰਨਾਲਾ ਦੇ ਲੋਕਾਂ ਲਈ ਗੋਡੇ ਚੈੱਕਅਪ ਕਰਨ ਲਈ ਕੈਂਪ ਲਗਾਇਆ ਗਿਆ। ਬਰਨਾਲਾ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਡਾਕਟਰ ਮੋਹਿਤ ਗੁਪਤਾ ਦਾ, ਜੋ ਕਿ ਪੰਜਾਬ ਦੇ ਮਸ਼ਹੂਰ ਰੋਬੋਟ ਨਾਲ ਗੋਡਿਆਂ ਦੇ ਓਪਰੇਸ਼ਨ ਕਰਨ ਵਿੱਚ ਮਾਹਿਰ ਡਾਕਟਰ ਨੇ। ਇਨ੍ਹਾਂ ਵੱਲੋਂ ਡਾਕਟਰ ਪ੍ਰਸ਼ਾਂਤ ਮਿੱਤਲ ਦੇ ਹਾਸਪਿਟਲ ਵਿੱਚ ਗੋਡਿਆਂ ਦੇ ਚੈੱਕਅਪ ਦਾ ਕੈਂਪ ਲਗਾਇਆ ਗਿਆ, ਜਿੱਥੇ ਕਿ ਮਰੀਜ਼ਾਂ ਨੇ ਇਨ੍ਹਾਂ ਦੇ ਕੈਂਪ ਦਾ ਲਾਹਾ ਲਿਆ ਤੇ ਆਪਣੇ ਤਕਲੀਫਾਂ ਇਨ੍ਹਾਂ ਨਾਲ ਸਾਂਝੀਆਂ ਕੀਤੀਆਂ। ਉੱਥੇ ਹੀ ਇਨ੍ਹਾਂ ਨੇ ਸਾਡੀ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਰੋਬੋਟ ਨਾਲ ਆਪਰੇਸ਼ਨ ਘੱਟ ਦਰਦ ਤੇ ਜਲਦੀ ਰਿਕਵਰੀ ਕਰ ਲੈਂਦਾ ਹੈ। ਇਹ 100% ਸਹੀ ਹੱਡੀਆਂ ਅਤੇ ਜੋੜਾਂ ਦੀ ਅਲਾਈਨਮੈਂਟ ਕਰਦਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮੋਹਿਤ ਗੁਪਤਾ ਹਾਸਪਿਟਲ ਬਠਿੰਡਾ ਤੋਂ। ਬੜਾ ਸਕਸੈਸਫੁਲ ਕੈਂਪ ਰਿਹਾ, ਜਿਹੜੇ ਵੀ ਪੇਸ਼ੈਂਟ ਜਿਨ੍ਹਾਂ ਦੇ ਗੋਡੇ ਦੀ ਦਿੱਕਤ ਸੀਗੀ, ਚੂੜੇ ਦੀ ਦਿੱਕਤ ਸੀ, ਉਹ ਆਏ, ਉਹਨਾਂ ਦਾ ਚੈੱਕਅਪ ਹੋਇਆ, ਜਿਨ੍ਹਾਂ ਨੂੰ ਘੱਟ ਤਕਲੀਫ ਸੀ ਉਹਨਾਂ ਨੂੰ ਦਵਾਈ ਲਿਖੀ ਗਈ ਜਾਂ ਸਲਾਹ ਦਿੱਤੀ ਲਾਈਫ ਸਟਾਈਲ ਮੋਡੀਫਿਕੇਸ਼ਨ ਦੀ, ਜਿਨ੍ਹਾਂ ਨੂੰ ਜ਼ਿਆਦਾ ਦਿੱਕਤ ਸੀ ਉਹਨਾਂ ਨੂੰ ਓਪਰੇਸ਼ਨ ਦੀ ਸਲਾਹ ਦਿੱਤੀ, ਅਤੇ ਕਈ ਪੇਸ਼ੈਂਟਸ ਦੇ ਰੋਬੋਟਿਕ ਨੀ ਰਿਪਲੇਸਮੈਂਟ ਆਪਣਾ ਬੁੱਕ ਕਰਾਇਆ, ਅਤੇ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਜਾਂਦਾ। ਤੋ ਅੱਗੇ ਵੀ ਅਗਰ ਇਸ ਤਰ੍ਹਾਂ ਰਿਹਾ ਤਾਂ ਅਸੀਂ ਹੋਰ ਕੈਂਪ ਵੀ ਲਗਾਵਾਂਗੇ ਬਰਨਾਲੇ। ਜਿਹੜੇ ਓਪਰੇਸ਼ਨ ਹੁੰਦੇ ਅਲਾਈਨਮੈਂਟ ਦੇ ਓਪਰੇਸ਼ਨ ਹੁੰਦੇ, ਜਿਹੜੇ ਵੀ ਨੀ ਰਿਪਲੇਸਮੈਂਟ ਦੇ ਓਪਰੇਸ਼ਨ ਨੇ, ਤਾਂ ਅਲਾਈਨਮੈਂਟ ਜਿਹੜੇ ਹੈ ਇੱਕ ਮੇਜਰ ਇਸ਼ੂ ਹੈ ਕਿ ਅਲਾਈਨਮੈਂਟ ਆਪਾਂ ਕਿਵੇਂ ਸਹੀ ਕਰਦੇ। ਅਤੇ ਜਿਸ ਤਰ੍ਹਾਂ ਹਰ ਖੇਤਰ ਦੇ ਵਿੱਚ ਟੈਕਨੋਲੋਜੀ ਇੱਕ ਬਹੁਤ ਯੋਗਦਾਨ ਦੇ ਰਹੀ ਹੈ, ਤਾਂ ਜਦੋਂ ਆਪਾਂ ਅਲਾਈਨਮੈਂਟ ਸਹੀ ਕਰਦੇ ਤਾਂ ਬਿਨਾਂ ਟੈਕਨੋਲੋਜੀ ਦੇ, ਬਿਨਾਂ ਕਿਸੇ ਕੰਪਿਊਟਰ ਦੇ, ਬਿਨਾਂ ਕਿਸੇ ਰੋਬੋਟਿਕ ਡਿਵਾਈਸ ਦੀ ਅਗਰ ਆਪਾਂ ਸਰਜਰੀ ਕਰਦੇ, ਉਸ ਥੋੜ੍ਹਾ ਬਹੁਤ ਡਿਗਰੀ ਦਾ ਫਰਕ ਰਹਿ ਜਾਂਦਾ ਜੋ ਮੈਨੂਅਲ ਸਰਜਰੀ 'ਚ ਰਹਿ ਜਾਂਦਾ, ਤਾਂ ਉਹਦੇ ਨਾਲ ਰਿਜ਼ਲਟ ਪੇਸ਼ੈਂਟ ਆ ਉਹ ਉਹਨਾਂ ਨਹੀਂ ਆ ਪਾਉਂਦਾ ਜਿੰਨਾ ਆਪਾਂ ਸੋਚਿਆ। ਤਾਂ ਰਿਜ਼ਲਟ ਅੱਛਾ ਕਰਨਾ ਤਾਂ ਸਾਨੂੰ ਰੋਬੋਟਿਕ ਟੈਕਨੋਲੋਜੀ ਦੀ ਸਹਾਇਤਾ ਲੈਣੀ ਜ਼ਰੂਰੀ ਹੈ। ਇਹ ਜੋ ਰੋਬੋਟਸ ਹੈ ਇਹ ਸਾਰੇ US ਬੇਸਡ ਹੈ, ਅਤੇ ਯੂਰਪ 'ਚ ਸਾਰੇ ਕਿਤੇ ਯੂਜ਼ ਹੋ ਰਹੇ, UK 'ਚ ਯੂਜ਼ ਹੋ ਰਹੇ। ਜੋ ਖਾਸ ਤੌਰ ਜੋ ਅਸੀਂ ਯੂਜ਼ ਕਰ ਰਹੇ, ਜੌਨਸਨ ਜੌਨਸਨ ਕੰਪਨੀ ਦਾ ਰੋਬੋਟ ਹੈ, ਵੈਲੇਸ ਰੋਬੋਟ ਹੈ, ਅਤੇ ਇਹ ਇੰਡੀਆ 'ਚ ਲਾਸਟ ਈਅਰ ਹੀ ਲਾਂਚ ਹੋਇਆ, ਅਤੇ ਤਕਰੀਬਨ USA 'ਚ 2-3 ਸਾਲ ਪਹਿਲਾਂ ਲਾਂਚ ਹੋਇਆ, ਅਤੇ ਆਲਮੋਸਟ USA, UK, ਕੈਨੇਡਾ ਜਾਂ ਆਸਟ੍ਰੇਲੀਆ ਦੇ ਕਾਫੀ ਹੋਸਪਿਟਲਸ ਦੇ ਵਿੱਚ ਵਰਤਿਆ ਜਾ ਰਿਹਾ। ਤੋ ਜਿੰਨੇ ਵੀ ਰੋਬੋਟਿਕ ਟੈਕਨੋਲੋਜੀ ਹੈ ਅੱਜ ਕੱਲ੍ਹ ਆਪਾਂ ਦੇਖ ਰਹੇ ਹਰ ਖੇਤਰ ਦੇ ਵਿੱਚ ਆ ਗਈ ਹੈ। ਗੋਡੇ ਦੀ ਸਮੱਸਿਆ ਜ਼ਿਆਦਾਤਰ ਜੈਨੇਟਿਕ ਰੀਜ਼ਨਸ ਕਰਕੇ ਵੀ ਹੈ, ਕੁਛ ਆਪਣੇ ਜਿਸ ਤਰ੍ਹਾਂ ਜੋ ਜੈਨੇਟਿਕ ਰੀਜ਼ਨਸ ਹੈ, ਜੋ ਆਪਣੇ ਪੁਸ਼ਤੈਨੀ ਜਿਵੇਂ ਆਪਣਾ ਕਾਰਨ ਕਹਿ ਦਿੰਦੇ, ਤੋ ਜੀਨਸ ਦੇ ਵਿੱਚ ਜੋ ਹੈ ਕਾਰਨ, ਉਹ ਕਾਰਨ ਵੀ ਹੈ। ਕੁਛ ਆਪਣਾ ਲਾਈਫ ਸਟਾਈਲ ਮੋਡੀਫਿਕੇਸ਼ਨ ਜਿਹੜਾ ਉਹ ਭਾਲਦਾ ਕਿ ਨੀਚੇ ਬੈਠਣ ਕਰਕੇ ਪਿੰਡਾਂ 'ਚ ਜਿਵੇਂ ਆਪਣੇ ਕੰਮ ਹੁੰਦੇ, ਜਿਹੜੇ ਹੈਵੀ ਕੰਮ ਹੁੰਦੇ ਨੀਚੇ ਬੈਠ ਕੇ ਜਾਂ ਖੇਤੀਬਾੜੀ ਦੇ ਕੰਮ, ਉਹਦੇ ਕਰਕੇ ਗੋਡੇ ਜਲਦੀ ਖਰਾਬ ਹੁੰਦੇ ਆ। ਅਤੇ ਕੁਛ ਵਜ਼ਨ ਜ਼ਿਆਦਾ ਹੋਣ ਕਰਕੇ, ਵੇਟ ਮੈਨੇਜਮੈਂਟ ਘੱਟ ਹੋਣ ਕਰਕੇ। ਤੀਸਰਾ ਕਾਰਨ ਇਹ ਆ ਜਾਂਦਾ ਕਈ ਵਾਰ ਕਿਸੇ ਦੇ ਕੋਈ ਗੋਡੇ 'ਚ ਸੱਟ ਲੱਗੀ ਜਾਂ ਕੋਈ ਚਿੱਲੀ ਫਟ ਗਈ, ਉਹਨੂੰ ਆਪਾਂ ਗੌਰ ਨਹੀਂ ਕੀਤਾ, ਤਾਂ ਉਹਨੂੰ ਇਹੀ ਆਪਾਂ ਇਸ ਤਰ੍ਹਾਂ ਕੈਰੀ ਫੋਰਵਰਡ ਕਰੀਏ, ਅਤੇ ਉਹ ਅੱਗੇ ਜਾ ਕੇ ਗੋਡੇ ਨੂੰ ਖਰਾਬ ਕਰ ਦਿੰਦਾ। ਦੇਖੋ ਜੀ, ਜੇ ਆਪਾਂ ਟਾਈਮ ਦੇ ਨਾਲ ਜਾ ਰਹੇ ਹਾਂ, ਜਿਸ ਤਰ੍ਹਾਂ ਹੁਣ ਡਾਕਟਰਸ ਦੀ ਟ੍ਰੇਨਿੰਗ ਹੋ ਰਹੀ ਹੈ, ਜਿਸ ਤਰ੍ਹਾਂ ਐਕਸਪੀਰੀਅੰਸ ਆ ਰਿਹਾ, ਅੱਛੇ OT ਬਣ ਰਹੇ ਹੈ, ਅਤੇ ਅੱਛੀ ਟੈਕਨੋਲੋਜੀ, ਅੱਛੇ ਟੈਕਨੀਕਸ ਯੂਜ਼ ਕੀਤੇ ਜਾਣਗੇ, ਤਾਂ ਉਹ ਜਿਹੜੇ ਚਾਂਸਿਸ ਹੈ ਕਿ ਜੋ ਆਪਣਾ ਸਰਜਰੀ ਦੇ ਫੇਲੀਅਰ ਹੈ ਉਹ ਬਹੁਤ ਘੱਟ ਗਏ। ਪਰ ਮੈਂ ਕਹਿਣਾ ਚਾਹਾਂਗਾ ਕਿ ਨੀ ਰਿਪਲੇਸਮੈਂਟ ਸਰਜਰੀ ਬਹੁਤ ਹੀ ਕਾਮਯਾਬ ਸਰਜਰੀ ਹੈ, ਰੋਜ਼ ਦੀ ਰੋਜ਼ ਸੈਂਕੜੋ ਓਪਰੇਸ਼ਨ ਇੰਡੀਆ 'ਚ, ਪੰਜਾਬ 'ਚ, ਆਪਣੇ ਬਠਿੰਡੇ ਬਰਨਾਲੇ ਹੁੰਦੇ, ਬਹੁਤ ਸਕਸੈਸਫੁਲ ਰਿਜ਼ਲਟ ਹੈ। ਅਤੇ ਜਿੰਨਾ ਆਪਾਂ ਹੋਰ ਇਸ 'ਚ ਬੈਟਰ ਕਰ ਲਈਏ, ਕੋਈ ਇੰਪਲਾਂਟ ਅੱਛਾ ਵਰਤ ਲਈਏ, ਕੋਈ ਅੱਛੇ USA ਮੇਡ ਇੰਪੋਰਟੈਂਟ ਇੰਪਲਾਂਟ ਜੌਨਸਨ ਦੇ ਵਰਤ ਲਈਏ, ਜਾਂ ਰੋਬੋਟਿਕ ਟੈਕਨੋਲੋਜੀ ਯੂਜ਼ ਕਰ ਲਈਏ, ਅੱਛੇ ਐਕਸਪੀਰੀਅੰਸ ਡਾਕਟਰ ਤੋਂ ਕਰਾ ਲਈਏ, ਸਾਫ਼ OT 'ਚ ਕਰਾ ਲਈਏ, ਮੋਡਲਰ OT ਜਿਹੜੇ ਲੈਮਨਰ ਫਲੋ ਵਾਲੇ OT 'ਚ ਕਰਾ ਲਈਏ, ਤਾਂ ਜਿਹੜੇ ਰਿਸਕ ਜਿਹੜੇ ਹੈਗੇ ਹੋਰ ਵੀ ਘੱਟ ਜਾਣਗੇ, ਰਿਜ਼ਲਟ ਬਹੁਤ ਅੱਛੇ ਆਉਣਗੇ।
ਅਸੀਂ ਤਕਰੀਬਨ 30 ਤੋਂ 40 ਪੇਸ਼ੈਂਟ ਦੇਖੇ ਅਤੇ ਜ਼ਿਆਦਾਤਰ ਅਸੀਂ ਜਿਹੜੇ ਖਾਸ ਜੋ ਨੀ ਰਿਪਲੇਸਮੈਂਟ ਦੇ ਰਿਗਾਰਡ 'ਚ ਪੇਸ਼ੈਂਟ ਹੈ ਉਹੀ ਦੇਖੇ ਹੈ ਜੀ। ਬਠਿੰਡਾ ਸ਼ਹਿਰ 'ਚ ਹੋਏਗਾ ਜੀ, ਸਾਡੇ ਜੀ ਹੋਸਪਿਟਲ ਗੁਪਤਾ ਹੋਸਪਿਟਲ ਬਠਿੰਡਾ ਪਾਵਰ ਹਾਊਸ ਰੋਡ 'ਤੇ। ਆਪਣੇ ਆਪ ਨੂੰ ਸਵਸਥ ਰੱਖੋ, ਲਾਈਫ ਸਟਾਈਲ ਮੋਡੀਫਿਕੇਸ਼ਨ ਰੱਖੋ, ਡਾਇਟ ਆਪਣੀ ਅੱਛੀ ਰੱਖੀਏ, ਵੇਟ ਮੈਨੇਜਮੈਂਟ ਕਰੀਏ, ਸੈਰ ਕਰੀਏ ਜੀ ਤਾਂ ਕਿ ਗੋਡਿਆਂ ਦੀ ਸਮੱਸਿਆ ਆਵੇ ਨਾ। ਬਾਕੀ ਅਗਰ ਕਿਸੇ ਦੇ ਗੋਡੇ ਦਿੱਕਤ ਹੈ ਤਾਂ ਇਸ ਚੀਜ਼ ਤੋਂ ਡਰਨਾ ਨਹੀਂ ਹੈ, ਅੱਗੇ ਬੜ ਕੇ ਇਹਦਾ ਓਪਰੇਸ਼ਨ ਅਗਰ ਆਪਾਂ ਕਰਾਉਂਦੇ ਤਾਂ ਰਿਜ਼ਲਟ ਅੱਛਾ ਆਏਗਾ। ਪਰ ਇਹ ਹੈ ਕਿ ਸਾਰੀ ਕੰਡੀਸ਼ਨ ਸਹੀ ਹੋਣੀ ਚਾਹੀਦੀ, ਓਪਰੇਸ਼ਨ ਸਹੀ ਜਗ੍ਹਾ ਤੇ ਸਹੀ ਟੈਕਨੋਲੋਜੀ ਨਾਲ ਕੀਤਾ ਜਾਵੇ ਤਾਂ ਬਹੁਤ ਅੱਛਾ ਰਿਜ਼ਲਟ ਆ ਸਕਦਾ।